ਆਪਣੀ ਅੱਖਾਂ ਵਿੱਚ ਦੇਸ਼ ਦੇ ਉਸ ਵਿਭਾਜਨ ਨੂੰ ਔਰ ਉਹਨਾਂ ਦੁਰਘਟਨਾਵਾਂ ਜਿੱਥੇ ਲੱਖਾਂ ਦੇ ਲੋਕ ਮਾਰੇ ਗਏ, 5 ਦਿਨ ਲਗਾਤਾਰ ਪੈਦਲ ਚੱਲ ਕੇ ਫਾਜ਼ਿਲਕਾ ਪਹੁੰਚੇ। ਸਾਡੇ ਪੁਰਾਣੇ ਬਜ਼ੁਰਗਾਂ ਦੀ ਇੱਕ ਪਰੰਪਰਾ ਹੈ ਕਿ ਜਦੋਂ ਵੀ ਕਿਸੇ ਤੀਰਥ ਸਥਾਨ ਤੇ ਜਾਓ ਤੇ ਕੋਈ ਨਾ ਕੋਈ ਚੀਜ਼ ਉੱਤੇ ਛੱਡ ਕੇ ਆਓ। ਬਾਨਵੇਂ ਤੋਂ ਲੈ ਕੇ ਚਾਹ ਦੀ ਇੱਕ ਆਮ ਪਰੰਪਰਾ ਹੈ, ਲੇਕਿਨ ਮੈਂ ਇਸ ਬੁਰਾਈ ਨੂੰ 1992 ਅਯੁੱਧਿਆ ਛੱਡ ਕੇ ਆਇਆ ਸੀ। ਜਦੋਂ ਵੀ ਮੇਰੇ ਸਾਹਮਣੇ ਚਾਹ ਆ ਜਾਂਦੀ ਸੀ, ਜਦੋਂ ਲੋਕ ਪੀਂਦੇ ਸੀ, ਤਾਂ ਮੈਨੂੰ ਉਸ ਵੇਲੇ ਅਯੁੱਧਿਆ ਦੀ ਯਾਦ ਆਉਂਦੀ ਹੈ। ਇਸ ਅਯੁੱਧਿਆ ਦੀ ਪਰੰਪਰਾ ਨੂੰ ਔਰ ਉੱਥੇ ਮੰਦਿਰ ਦੇ ਨਿਰਮਾਣ ਨੂੰ ਮੈਂ 31 ਸਾਲ ਆਪਣੇ ਹਿਰਦੇ ਵਿੱਚ ਸਮਾ ਕੇ ਰੱਖਿਆ। ਜਦੋਂ 1992 ਵਿੱਚ ਇਹ ਜਦੋਂ ਕਾਰ ਸੇਵਕ ਦੇ ਤੌਰ 'ਤੇ ਅਯੁੱਧਿਆ ਗਏ ਸੀਗੇ ਤਾਂ ਇਹ ਘਰ ਦੱਸ ਕੇ ਗਏ ਸੀ ਵੀ ਹੁਣ ਸਾਡਾ ਆਉਣਾ ਨਾ ਆਉਣਾ ਵੀ ਸਾਡਾ ਕੋਈ ਤੈਅ ਨਹੀਂ ਹੈਗਾ। ਕਈ ਨਿਸ਼ਾਨੀਆਂ ਲੈ ਕੇ ਆਏ, ਉੱਥੋਂ ਇੱਕ ਇੱਟ ਵੀ ਲੈ ਕੇ ਆਏ ਸੀ ਜੋ ਅੱਜ ਸਾਡੇ ਗੁਰੂ ਹਰ ਸਾਹਿਬ ਵਿੱਚ ਡੇਰਾ ਬਾਬਾ ਭੁੰਮਣ ਸ਼ਾਹ ਹੈ, ਉੱਥੇ ਉਹ ਸਥਾਪਿਤ ਕੀਤੀ ਹੋਈ ਹੈ। ਪਿਤਾ ਜੀ ਨੇ ਇੱਕ ਪ੍ਰਣ ਕੀਤਾ ਸੀ ਵੀ 31 ਸਾਲ ਹੋ ਗਏ ਨੇ ਜੇ ਵੀ ਰਾਮ ਮੰਦਿਰ ਜਦੋਂ ਤਮੀਰ ਹੋ ਜਾਏਗਾ, ਉੱਥੇ ਭਵੇ ਰਾਮ ਮੰਦਿਰ ਬਣ ਜਾਏਗਾ, ਉਦੋਂ ਹੀ ਮੈਂ ਚਾਹ ਪੀਵਾਂਗਾ। ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਸੰਦੀਪ ਕੰਬੋਜ। ਰਾਮ ਮੰਦਿਰ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਲੋਕਾਂ ਦੇ ਵਿੱਚ ਸ਼ਰਧਾ ਮੁਤਾਬਕ ਹਰ ਪ੍ਰਕਾਰ ਦੀ ਕਈ ਪ੍ਰਕਾਰ ਦੀਆਂ ਜਿਹੜੀਆਂ ਸਟੋਰੀਆਂ ਸਾਹਮਣੇ ਆ ਰਹੀਆਂ, ਕਹਾਣੀਆਂ ਸਾਹਮਣੇ ਆ ਰਹੀਆਂ ਕਿ ਰਾਮ ਮੰਦਿਰ ਦੀ ਇੰਨੀ ਖੁਸ਼ੀ ਲੋਕਾਂ 'ਚ ਹੈਗੀ ਸੀ ਕਿ ਰਾਮ ਮੰਦਿਰ ਬਣਨਾ ਕਿੰਨਾ ਕੁ ਜ਼ਰੂਰੀ ਹੈਗਾ ਅਤੇ ਬਣਨ ਤੋਂ ਬਾਅਦ ਜਿਹੜੇ ਪ੍ਰਣ ਲਏ ਗਏ ਸੀ। ਸਾਡੇ ਨਾਲ ਅੱਜ ਉਹ ਸ਼ਖਸ ਹੈਗੇ ਨੇ ਚੌਧਰੀ ਦੌਲਤ ਰਾਮ ਕੰਬੋਜ, ਜਿਨ੍ਹਾਂ ਦੇ ਵੱਲੋਂ 31 ਸਾਲ ਕਹਿ ਦਿੱਤਾ ਗਿਆ ਸੀ ਕਿ ਚਾਹ, ਚਾਹੇ ਅਸੀਂ ਚਾਹ ਦੀ ਇੱਕ ਛੋਟੀ ਗੱਲ ਐਗਜ਼ਾਮਪਲ ਲੈ ਲੈਂਦੇ ਹਾਂ, ਪਰ ਜੇਕਰ ਚਾਹ ਵੀ ਇੱਕ ਨਸ਼ਾ ਹੈਗਾ ਕਿਉਂਕਿ ਜਦੋਂ ਬੰਦਾ ਬਜ਼ੁਰਗ ਹੁੰਦਾ ਤਾਂ ਉਸ ਸਮੇਂ ਚਾਹ ਹੀ ਉਹਨਾਂ ਨੂੰ ਕਹਿੰਦੇ ਨੇ ਕਿ ਸਵੇਰੇ ਉੱਠਣ ਦੀ ਦਿਨਚਰਿਆ ਦੇ ਵੇਲੇ ਚਾਹ ਪੀ ਕੇ ਆਪਣੇ ਸਰੀਰ ਨੂੰ ਰੋਗ ਕਰਦੇ ਨੇ। ਸਭ ਤੋਂ ਪਹਿਲਾਂ ਜੀ ਸਵਾਗਤ ਹੈ ਡੇਲੀ ਪੋਸਟ ਪੰਜਾਬੀ 'ਤੇ ਜੀ। ਮੈਂ ਦੌਲਤ ਰਾਮ ਕੰਬੋਜ, ਗੁਰੂ ਹਰ ਸਾਹਿਬ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ, ਲੇਕਿਨ ਜੰਮ ਪਲ ਮੈਂ ਪਾਕਿਸਤਾਨ ਔਰ ਹਿੰਦੁਸਤਾਨ ਦੇ ਵਿਭਾਜਨ ਤੋਂ ਪਹਿਲਾਂ 10/4/35 ਦੇ ਵਿੱਚ ਜ਼ਿਲ੍ਹਾ ਮਿੰਡਗੁੰਬਰੀ ਤਹਿਸੀਲ ਦੀਪਾਲਪੁਰ ਪਿੰਡ ਨਿਜ਼ਾਮਦੀਨ ਦਾ ਜੰਮ ਪਲ ਹਾਂ ਔਰ ਮੈਂ ਆਪਣੀ ਅੱਖਾਂ ਵਿੱਚ ਦੇਸ਼ ਦੇ ਉਸ ਵਿਭਾਜਨ ਨੂੰ ਔਰ ਉਹਨਾਂ ਦੁਰਘਟਨਾਵਾਂ ਜਿੱਥੇ ਲੱਖਾਂ ਦੇ ਲੋਕ ਮਾਰੇ ਗਏ, ਅਸੀਂ ਉੱਥੋਂ ਪੈਦਲ ਚੱਲ ਕੇ 5 ਦਿਨ ਲਗਾਤਾਰ ਪੈਦਲ ਚੱਲ ਕੇ ਫਾਜ਼ਿਲਕਾ ਦੇ ਵਿੱਚ ਅਸੀਂ 47 ਤੋਂ ਬਾਅਦ ਪਹੁੰਚੇ ਤਾਂ ਜਿੱਥੇ ਅਸੀਂ ਉੱਥੇ ਵੀ ਫਾਜ਼ਿਲਕਾ ਦੇ ਵਿੱਚ ਉਦੋਂ ਬੜੀ ਕੱਟ ਵੱਧ ਹੋਈ ਸੀ, ਲੇਕਿਨ ਉਸ ਕੱਟ ਵੱਧ ਤੋਂ ਡਰਦੇ ਹੋਏ ਅਸੀਂ ਫਿਰ ਅਬੋਹਰ ਚਲੇ ਗਏ। ਅਬੋਹਰ ਤੋਂ ਫਿਰ ਵਾਪਸ ਆ ਕੇ ਇੱਧਰ ਗੁਰੂ ਸਾਹਿਬ ਦੇ ਇਲਾਕੇ 'ਚ ਹੁੰਦੇ ਹੋਏ ਪਿੰਡ ਨੁਕੇਰੀਆਂ, ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਦੇ ਵਿੱਚ ਅਸੀਂ ਜਾ ਕੇ ਆਬਾਦ ਹੋਏ ਔਰ 3-4 ਸਾਲ ਉੱਥੇ ਰਹਿ ਕੇ ਅਤੇ ਮੈਂ
ਪਾਕਿਸਤਾਨ ਤੋਂ ਜਦੋਂ ਆਇਆ ਉਦੋਂ ਮੈਂ ਚੌਥੀ ਜਮਾਤ ਵਿੱਚ ਪਾਕਿਸਤਾਨ ਪੜ੍ਹਦਾ ਸੀ, ਲੇਕਿਨ ਫਿਰ ਦੇਸ਼ ਦੀ ਵੰਡ ਤੋਂ ਆ ਕੇ ਪਿੰਡ ਨੁਕੇਰੀਆਂ 'ਚ ਰਹਿਣ ਕਰਕੇ ਰੋਣਾ ਵਾਲੀ ਮੰਡੀ 'ਚ ਚੌਥੀ ਜਮਾਤ ਵਿੱਚ ਮੈਂ ਦਾਖਲ ਹੋਇਆ ਔਰ ਚੌਥੀ ਜਮਾਤ ਪਾਸ ਕਰਕੇ ਮੈਂ 51 ਵਿੱਚ 50 ਵਿੱਚ ਤਕਰੀਬਨ ਮੈਂ ਫਾਜ਼ਿਲਕਾ ਦੇ ਵਿੱਚ ਗੌਰਮਿੰਟ ਹਾਈ ਸਕੂਲ ਵਿੱਚ ਦਾਖਲ ਹੋਇਆ ਔਰ 1955 ਵਿੱਚ ਮੈਂ ਮੈਟ੍ਰਿਕ ਪਾਸ ਕਰਕੇ RST ਕਾਲਜ ਫਿਰੋਜ਼ਪੁਰ ਵਿੱਚ ਮੈਂ ਕਾਲਜ ਵਿੱਚ ਆਪਣਾ ਦਾਖਲਾ ਲਿਆ, ਕਿਉਂਕਿ ਉਸ ਸਮੇਂ ਅਸੀਂ ਪਿੰਡ ਠਠੇਰਾਂ ਗੁਰੂ ਹਰਸਾਹਿਬ ਤਹਿਸੀਲ ਜ਼ਿਲ੍ਹਾ ਫਿਰੋਜ਼ ਵਿੱਚ ਸਾਨੂੰ ਅਲਾਟਮੈਂਟ ਹੋਈ ਸੀ ਤਾਂ ਮੈਂ 1955 ਵਿੱਚ ਹੀ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਮੈਂ ਸਵੈਮ ਸੇਵਕ ਬਣਿਆ ਔਰ ਉਸ ਪ੍ਰੇਰਨਾ ਕਰਕੇ ਮੈਂ ਦੇਸ਼ ਭਗਤੀ ਸਮਾਜ ਦੀ ਸੇਵਾ ਕਰਦਿਆਂ ਹੋਇਆਂ ਮੈਂ FA ਪਾਸ ਕਰਕੇ ਸੰਘ ਦਾ ਪ੍ਰਚਾਰਕ ਨਿਕਲ ਗਿਆ ਔਰ 2 ਸਾਲ ਪ੍ਰਚਾਰਕ ਰਹਿਣ ਕਰਕੇ ਫਿਰ ਆਪਣੇ ਭਾਈਚਾਰੇ ਦੇ ਵਿੱਚ ਮੈਨੂੰ ਕੁਛ ਸਮਾਜਿਕ ਬੁਰਾਈਆਂ ਨਜ਼ਰ ਆਈਆਂ ਔਰ ਉਹਨਾਂ ਨੂੰ ਮੈਂ ਦੂਰ ਕਰਨ ਵਾਸਤੇ ਫਿਰ ਮੈਂ ਸੰਘ ਤੋਂ ਵਾਪਸ ਆ ਕੇ ਕੰਬੋਜ ਨੌਜਵਾਨ ਸਭਾ 1960 ਵਿੱਚ ਬਣਾਈ ਔਰ ਆਪਣੇ ਭਾਈਚਾਰੇ ਦੇ ਅੰਦਰ ਜਿਹੜੀਆਂ ਕੋਈ ਸਮਾਜਿਕ ਤਰੁੱਟੀਆਂ ਸਨ ਉਹਨਾਂ ਦੇ ਵਿਰੁੱਧ ਅੰਦੋਲਨ ਚਲਾਇਆ ਔਰ 1960 ਵਿੱਚ ਅਸੀਂ ਜਲਾਲਾਬਾਦ ਵਿੱਚ 2 ਰੋਜ਼ਾ ਕੰਬੋਜ ਕਾਨਫਰੰਸ ਦਾ ਆਯੋਜਨ ਕੀਤਾ ਜਿੱਥੇ ਸਾਨੂੰ ਭਾਈ ਮਨੀ ਸਿੰਘ ਜਿਨ੍ਹਾਂ ਨੇ ਧਰਮ ਦੀ ਖਾਤਰ ਬੰਦ ਕਟਾਇਆ, ਸ਼ਹੀਦ ਊਧਮ ਸਿੰਘ ਜਿਨ੍ਹਾਂ ਨੇ ਜਲਿਆਂਵਾਲੇ ਬਾਗ ਦਾ ਬਦਲਾ 21 ਸਾਲ ਦੀ ਆਪਣੀ ਗਾਲਨਾ ਕਰਕੇ ਜਨਰਲ ਅਡਵਾਇਰ ਨੂੰ ਕੈਪਟਨ ਹਾਲ ਦੇ ਵਿੱਚ ਉਹਨਾਂ ਨੇ ਗੋਲੀ ਦਾ ਨਿਸ਼ਾਨਾ ਬਣਾ ਕੇ ਜਲਿਆਂਵਾਲੇ ਬਾਗ ਉਹਨਾਂ ਸ਼ਹੀਦਾਂ ਦਾ ਪ੍ਰਣ ਲਿਆ। ਇਹ ਸਾਰੀ ਮੈਨੂੰ ਸਮਾਜ ਦੀ, ਦੇਸ਼ ਦੀ, ਰਾਸ਼ਟਰ ਦੀ ਸੇਵਾ ਸੰਘ ਤੋਂ ਹੀ ਮਿਲੀ, ਜਿਸ ਕਰਕੇ ਮੈਂ ਆਪਣੇ ਭਾਈਚਾਰੇ ਦੇ ਵਿੱਚ ਬੁਰਾਈਆਂ ਦੇ ਖਿਲਾਫ ਸੰਗਠਨ ਦੇ ਤੌਰ 'ਤੇ ਮੈਂ ਵਿਚਰਦਾ ਰਿਹਾ ਔਰ ਉਸ ਤੋਂ ਬਾਅਦ ਮੈਂ 1968 ਵਿੱਚ ਜੈ ਕੰਬੋਜ ਇੱਕ ਮੈਗਜ਼ੀਨ, ਮਾਸਿਕ ਮੈਗਜ਼ੀਨ ਸ਼ੁਰੂ ਕੀਤਾ ਜਿਹੜਾ ਮੈਂ 90 'ਤੇ ਲਗਾਤਾਰ ਮੈਂ 20 ਸਾਲ ਤੱਕ ਜੈ ਕੰਬੋਜ ਮੈਗਜ਼ੀਨ ਚਲਾਇਆ। ਉੱਤਰ ਪ੍ਰਦੇਸ਼ ਦੇ 14 ਜ਼ਿਲ੍ਹਿਆਂ ਵਿੱਚ, ਹਰਿਆਣਾ, ਰਾਜਸਥਾਨ, ਪੰਜਾਬ ਦਾ ਕੋਈ ਪਿੰਡ ਅਜਿਹਾ ਨਹੀਂ ਜਿੱਥੇ ਮੈਂ ਜੈ ਕੰਬੋਜ ਦਾ ਜਾ ਕੇ ਮੈਂਬਰ ਬਣਾ ਕੇ ਉਹਨਾਂ ਦੇ ਵਿੱਚ ਵਿਚਰਦਾ ਰਿਹਾ ਹਾਂ ਔਰ 92 ਤੋਂ ਲੈ ਕੇ RSS ਦਾ ਹੋਰ ਸਮਾਜ ਸਾਧੂ ਸੰਤਾਂ ਦੀ ਪ੍ਰੇਰਨਾ ਨਾਲ ਹੁਣ ਮੰਦਰ ਤਿਆਰ ਹੋ ਗਿਆ ਹੈ ਅਤੇ ਹੁਣ 22 ਜਨਵਰੀ ਨੂੰ ਉਸ ਭਵਯ ਮੰਦਰ ਦਾ ਜਿਹੜਾ ਉਹ ਉਦਘਾਟਨ ਹੋਏਗਾ।